ਹਾਂਜੀ ਪਿਆਰੇ ਬੱਚੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪੰਜਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 20 ਸਾਰਾਂ ਗੜੀ ਦੀ ਲੜਾਈ ਇਸ ਪਾਠ ਨੂੰ ਪੜ੍ਹਾਂਗੇ ਅਤੇ ਇਸ ਦੇ ਪ੍ਰਸ਼ਨ ਉੱਤਰ ਵੀ ਕਰਾਵਾਂਗੇ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਣੀ ਹੈ ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਜਾਂ ਫਿਰ ਪੰਜਵੀਂ ਜਮਾਤ ਦੀ ਪੰਜਾਬੀ ਨਾਮ ਦੀ ਪਲੇਲਿਸਟ ਹੈ ਪਲੇਲਿਸਟ ਦੇ ਵਿੱਚ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਤੁਹਾਨੂੰ ਚੈਪਟਰ ਵਾਈਜ਼ ਮਿਲ ਜਾਣਗੇ ਪੰਜਵੀਂ ਜਮਾਤ ਦੇ ਹੋਰ ਸਬਜੈਕਟ ਵੀ ਪਾਵਾਂਗੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਉਹ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਭਾਰਤ ਉੱਤੇ ਅੰਗਰੇਜ਼ ਦਾ ਰਾਜ ਸੀ ਜਦ ਅਫਗਾਨਿਸਤਾਨ ਤੱਕ ਹੱਦ ਵਧਾਈ ਹੈ ਸੀ ਇਸ ਹੱਦ ਦੀ ਰੱਖਿਆ ਕਰਨ ਖਾਤਰ ਸਾਰਾ ਗੜੀ ਇੱਕ ਚੌਕੀ ਬਣਾਈ ਹੈ ਸੀ ਇਸ ਚੌਕੀ ਤੇ 21 ਸਾਲ ਸਿੱਖ ਸੈਨਿਕ ਜ਼ਿੰਮੇਵਾਰੀ ਤਦ ਖੂਬ ਨਿਭਾਈ ਹੈ ਸੀ ਹਮਲਾ ਕੀਤਾ ਕਬਾਈਲੀਆਂ ਗੱਡੀ ਉੱਤੇ ਕਾਲੀ ਘਟਾ ਕੋਈ ਗੱਡੀ ਤੇ છਾਈ ਹੈ ਸੀ ਰੈਜੀਮੈਂਟ ਦੇ ਮੁਖੀ ਨੂੰ ਉਸ ਵੇਲੇ ਸਿਗਨਲ ਮੈਨ ਨੇ ਖਬਰ ਪੁਚਾਈ ਹੈ ਸੀ ਅੱਗੋਂ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ ਗੱਡੀ ਛੱਡਣ ਲਈ ਤਾਰ ਤਦ ਆਈ ਹੈ ਸੀ ਸਿੱਖ ਫੌਜੀਆ ਭੱਜਣ ਦੀ ਥਾਂ ਉੱਤੇ ਲੜਨ ਮਰਨ ਦੀ ਬਿਉੰਤ ਬਣਾਈ ਹੈ ਸੀ 18 ਸਤੰਬਰ 1800 12 ਦਸੰਬਰ 1897 ਨੂੰ ਲਹੂ ਡੋਲਮੀ ਹੋਈ ਲੜਾਈ ਹੈ ਸੀ ਉਹਨਾਂ ਡਟ ਕੇ ਕੀਤਾ ਮੁਕਾਬਲਾ ਸੀ ਦੁਸ਼ਮਣ ਦਰਾਂ ਚ ਭਾਜੜ ਜਦ ਪਾਈ ਹੈ ਸੀ ਲੜਦੇ ਲੜਦੇ ਸਨ ਸਭ ਸ਼ਹੀਦ ਹੋ ਗਏ ਆਪਣੀ ਜਿੰਦੜੀ ਕੋਲ ਕੁਮਾਈ ਹੈ ਸੀ ਜਾਂਚਕ ਆਪਣੀ ਜਾਨ ਤੇ ਖੇਡ ਕੇ ਇੰਜ ਜਾਨ ਕੌਮ ਜਾਨ ਦੇਸ਼ ਤੇ ਕੌਮ ਵਿੱਚ ਪਾਈ ਹੈ ਸੀ ਦੁਨੀਆਂ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇ ਮਿਸਾਲ ਇਹੋ ਹੋਈ ਲੜਾਈ ਹੈ ਸੀ ਹੁਣ ਬੱਚਿਓ ਆਪਾਂ ਇਸ ਦੇ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ ਗੜੀ ਕਿਲਾ ਚੌਂਕੀ ਸਿਪਾਈਆਂ ਦੁਬਾਰਾ ਪਹਿਰਾ ਦੇਣ ਲਈ ਬਣਾਈ ਜਗਾ ਹੱਦ ਸੀਮਾ ਕਾਲੀ ਘਟਾ ਸ਼ਾ ਜਾਣਾ ਮੁਸੀਬਤ ਆ ਜਾਣਾ ਰੈਜੀਮੈਂਟ ਸੈਨਾ ਦੀ ਇੱਕ ਟੁਕੜੀ ਸਿਗਨਲ ਮੈਨ ਇਸ਼ਾਰਾ ਦੇਣ ਵਾਲਾ ਵਿਅਕਤੀ ਤਾਰ ਡਾਕ ਰਾਹੀ ਤੇਜ਼ੀ ਨਾਲ ਭੇਜਿਆ ਜਾਣ ਵਾਲਾ ਸੁਨੇਹਾ ਕੋਲ ਕਮਾਈ ਜਾਨ ਕੁਰਬਾਨ ਕਰ ਦੇਣਾ ਮਿਸਾਲ ਉਦਾਹਰਣ ਬਿਉਤ ਤਰਕੀਬ ਬੇਮਿਸਾਲ ਜਿਸ ਵਰਗਾ ਕੋਈ ਨਾ ਹੋਵੇ ਇਸ ਤੋਂ ਬਾਅਦ ਆਪਾਂ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਕਰਦੇ ਹਾਂ ਸਾਰਾ ਗੜੀ ਦਾ ਸਥਾਨ ਅੱਜ ਕੱਲ ਪਾਕਿਸਤਾਨ ਵਿੱਚ ਹੈ ਕਿੱਥੇ ਹੈ ਬੱਚੋ ਪਾਕਿਸਤਾਨ ਵਿੱਚ ਇਹ ਲੜਾਈ 12 ਸਤੰਬਰ 1897 ਨੂੰ ਹੋਈ ਜਦੋਂ ਅਫਗਾਨਿਸਤਾਨ ਦੇ ਪਠਾਣਾ ਅਤੇ ਕਬੈਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੜੀ ਉੱਤੇ ਹਮਲਾ ਕਰ ਦਿੱਤਾ ਉਸ ਵਕਤ ਇਸ ਗੜੀ ਵਿੱਚ ਸਿਰਫ ਇਸ ਗੜੀ ਵਿੱਚ ਚਾਰ ਸਿੱਖ ਰੈਜੀਮੈਂਟ ਦੇ 21 ਸਿੱਖ ਫੌਜੀ ਸਨ ਕਰਨਲ ਹਾਗਟਨ ਨੇ ਰੈਜੀਮੈਂਟ ਨੂੰ ਕਿਹਾ ਕਿ ਗੜੀ ਛੱਡ ਕੇ ਵਾਪਸ ਆ ਜਾਓ ਪਰ ਸਿੱਖ ਫੌਜੀਆਂ ਨੇ ਗੜੀ ਵਿੱਚੋਂ ਭੱਜਣ ਦੀ ਥਾਂ ਤੇ ਟੱਕਰਾ ਕਰਨ ਨੂੰ ਤਰਜੀਹ ਦਿੱਤੀ ਅਤੇ ਦੁਸ਼ਮਣਾਂ ਨਾਲ ਟੱਕਰਾ ਕਰਦੇ ਹੋਏ ਸਾਰੇ ਸੈਨਿਕ ਸ਼ਹੀਦ ਹੋ ਗਏ ਇਹਨਾਂ ਸਭ ਫੌਜੀਆਂ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਦੇ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਲੜਾਈ ਨੂੰ ਸੰਸਾਰ ਵਿੱਚ ਹੋਈਆਂ 8 ਮਹਾਨ ਲੜਾਈਆਂ ਦੇ ਵਿੱਚ ਸ਼ਾਮਲ ਕੀਤਾ ਗਿਆ। ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਾਰਿਆਂ ਨੇ ਖੜੇ ਹੋ ਕੇ ਇਹਨਾਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਹੁਣ ਬੱਚਿਓ ਆਪਾਂ ਇਸ ਦਾ ਪਾਠ ਅਭਿਆਸ ਕਰਦੇ ਹਾਂ। ਜ਼ੁਬਾਨੀ ਅਭਿਆਸ ਨੰਬਰ 1 ਅੰਗਰੇਜ਼ਾਂ ਨੇ ਆਪਣੀ ਹੱਦ ਕਿੱਥੋਂ ਤੱਕ ਵਧਾਈ ਸੀ? ਅੰਗਰੇਜ਼ਾਂ ਨੇ ਆਪਣੀ ਹੱਦ ਅਫਗਾਨਿਸਤਾਨ ਤੱਕ ਵਧਾਈ ਸੀ। ਨੰਬਰ 2 ਸਾਰਾ ਗੜੀ ਵਿੱਚ ਕਿੰਨੇ ਸੈਨਿਕ ਸਨ? ਸਾਰਾ ਗੜੀ ਦੀ ਲੜਾਈ ਵਿੱਚ ਕਿੰਨੇ ਸੈਨਿਕ ਸੀ? ਸਾਰਾ ਗੜੀ ਦੀ ਲੜਾਈ ਵਿੱਚ 21 ਸਿੱਖ ਸੈਨਿਕ ਸਨ। ਪ੍ਰਸ਼ਨ ਨੰਬਰ 3 ਸਿੱਖ ਫੌਜੀਆ ਨੇ ਕੀ ਵਿਉਂਤ ਬਣਾਈ ਸੀ? ਸਿੱਖ ਫੌਜੀਆ ਨੇ ਪਿੱਛੇ ਹਟਣ ਦੀ ਬਜਾਏ ਮੁਕਾਬਲਾ ਕਰਨ ਦੀ ਵਿਉਂਤ ਬਣਾਈ ਸੀ। ਨੰਬਰ 4 ਸਾਰਾ ਗੜੀ ਦੀ ਲੜਾਈ ਕਦੋਂ ਹੋਈ ਸਾਰਾ ਗੜੀ ਦੀ ਲੜਾਈ ਬੱਚੋ ਕਦੋਂ ਹੋਈ ਸੀ ਸਾਰਾ ਗੜੀ ਦੀ ਲੜਾਈ 12 ਸਤੰਬਰ 1897 ਈਸਵੀ ਨੂੰ ਹੋਈ ਸੀ ਕਵਿਤਾ ਨੂੰ ਲੈਤਮ ਘਟੰਗ ਨਾਲ ਸੁਣਾਓ ਬੱਚੋ ਤੁਸੀਂ ਖੁਦ ਗਾਉਣੀ ਹੈ ਇਹ ਕਵਿਤਾ ਇਸ ਨੂੰ ਲੈਤਮ ਘਟੰਗ ਨਾਲ ਗਾਉਣਾ ਹੈ ਹੇਠ ਲਿਖਿਆ 17 ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਹਮਲਾ ਕੀਤਾ ਕਬਾਈਲੀਆਂ ਗੜੀ ਉੱਤੇ ਕਾਲੀ ਘਟਾ ਕੋਈ ਗੜੀ ਤੇ ਛਾਈ ਐਸੀ ਗੜੀ ਉੱਤੇ ਕੀ ਹੋਇਆ ਸੀ ਉੱਤਰ ਗੜੀ ਉੱਤੇ ਅਣਗਿਣਤ ਕਬੈਲੀਆਂ ਨੇ ਹਮਲਾ ਕਰ ਦਿੱਤਾ ਸੀ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਦੁਸ਼ਮਣਾਂ ਦੀ ਕਾਲੀ ਘਟਾ ਚੜ ਆਈ ਹੋਵੇ ਅੱਗੋਂ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ ਗੜੀ ਛੱਡਣ ਦੀ ਤਾਰ ਤਦ ਆਈ ਆਈ ਹੈ ਸੀ ਕਰਨਲ ਦੁਬਾਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ ਕਰਨਲ ਨੇ ਗੜੀ ਵਿੱਚ ਮੌਜੂਦ ਥੋੜੇ ਹਮਲੇ ਦੀ ਗੜੀ ਵਿੱਚ ਕਰਨਲ ਨੇ ਗੜੀ ਵਿੱਚ ਮੌਜੂਦ ਹਮਲੇ ਦੀ ਮਾਰ ਹੇਠ ਆਏ ਥੋੜੇ ਆਏ ਦੇਖ ਕੇ ਥੋੜੇ ਜਿਹੇ ਸੈਨਿਕਾਂ ਨੂੰ ਹਜ਼ਾਰਾਂ ਕਬੈਲੀਆਂ ਦੇ ਗੜੀ ਨੂੰ ਛੱਡ ਕੇ ਪਿੱਛੇ ਆ ਜਾਣ ਲਈ ਕਿਹਾ ਸੀ ਠੀਕ ਹੈ ਇੱਥੇ ਆਪਾਂ ਥੋੜੇ ਸ਼ਬਦ ਇੱਥੇ ਲਿਖਾਂਗੇ ਠੀਕ ਹੈ ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਇਹ ਹੋਈ ਲੜਾਈ ਐਸੀ ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ ਉੱਤਰ ਇਸ ਵਿੱਚ ਸਾਰਾ ਗੜੀ ਦੀ ਲੜਾਈ ਦੀ ਮਿਸਾਲ ਦੀ ਗੱਲ ਕੀਤੀ ਗਈ ਹੈ ਜਿਸ ਵਿੱਚ ਇੱਕ 21 ਸਿੱਖ ਫੌਜੀਆਂ ਨੇ ਹਜ਼ਾਰਾਂ ਕਬਈਲਿਆਂ ਦਾ ਮੁਕਾਬਲਾ ਕਰਦਿਆਂ ਜਾਨਾਂ ਤੇ ਜਾਨਾਂ ਦੇ ਦਿੱਤੀਆਂ ਤੇ ਜਿੱਤ ਪ੍ਰਾਪਤ ਕੀਤੀ ਸੀ ਹੈਡ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਅੰਗਰੇਜ਼ ਭਾਰਤ ਵਿੱਚ ਅੰਗਰੇਜ਼ ਕਈ ਸਾਲ ਰਾਜ ਕਰਦੇ ਰਹੇ ਸਨ ਚੌਂਕੀ ਪਾਰਥ ਨੇ ਪਾਕਿਸਤਾਨ ਸਰਹੱਦ ਤੇ ਆਪਣੀ ਚੌਕੀ ਬਣਾਈ ਹੈ ਹਮਲਾ ਹਜ਼ਾਰਾਂ ਕਬੈਲੀਆਂ ਨੇ ਸਾਰਾ ਗੜੀ ਤੇ ਸਾਰਾ ਗੜੀ ਤੇ ਹਮਲਾ ਕਰ ਦਿੱਤਾ ਮੁਖੀ ਫੌਜ ਦੇ ਫੌਜ ਆਪਣੇ ਮੁਖੀ ਦੀ ਅਗਵਾਈ ਹੇਠ ਲੜਦੀ ਹੈ ਕਰਨਲ ਕਰਨਲ ਨੇ ਫੌਜੀ ਟੁਕੜੀ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਬਯੰਤ ਸਾਨੂੰ ਹਰ ਕੰਮ ਬਯੰਤ ਨਾਲ ਕਰਨਾ ਚਾਹੀਦਾ ਹੈ ਮੁਕਾਬਲਾ ਫੌਜ ਨੇ ਦੁਸ਼ਮਣ ਦਾ ਮੁਕਾਬਲਾ ਬੜੀ ਬਹਾਦਰੀ ਨਾਲ ਕੀਤਾ ਸ਼ਹੀਦ ਭਗਤ ਸਿੰਘ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋ ਗਿਆ ਸਾਰਾ ਗੜੀ ਦੀ ਲੜਾਈ ਬਾਰੇ ਕੁਝ ਸਤਰਾਂ ਲਿਖੋ ਸਾਰਾ ਗੜੀ ਦੀ ਲੜਾਈ 12 ਸਤੰਬਰ 1897 ਨੂੰ ਹੋਈ ਜਦੋਂ ਅਫਗਾਨਿਸਤਾਨ ਦੇ ਪਠਾਣਾ ਅਤੇ ਕਬਾਇਲੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਗੜੀ ਤੇ ਹਮਲਾ ਕਰ ਦਿੱਤਾ ਉਸ ਵਕਤ ਇਸ ਗੜੀ ਵਿੱਚ 4 ਸਿੱਖ ਰੈਜੀਮੈਂਟ ਦੇ 21 ਸਿੱਖ ਫੌਜੀ ਸਨ ਕਰਨਲ ਹਗਟਨ ਨੇ ਰੈਜੀਮੈਂਟ ਨੂੰ ਕਿਹਾ ਕਿ ਗੜੀ ਛੱਡ ਕੇ ਵਾਪਸ ਆ ਜਾਓ ਪਰ ਸਿੱਖ ਫੌਜੀਆਂ ਨੇ ਗੜੀ ਵਿੱਚੋਂ ਭੱਜਣ ਦੀ ਥਾਂ ਤੇ ਟੱਕਰਾ ਕਰਨ ਨੂੰ ਤਰਜੀਹ ਦਿੱਤੀ ਅਤੇ ਦੁਸ਼ਮਣਾਂ ਨਾਲ ਟੱਕਰਾ ਕਰਦੇ ਹੋਏ ਸਾਰੇ ਸੈਨਿਕ ਸ਼ਹੀਦ ਹੋ ਗਏ ਇਸ ਤਰ੍ਹਾਂ ਉਹਨਾਂ ਨੇ ਆਪਣੀ ਜਾਨ ਤੇ ਖੇਡ ਕੇ ਦੇਸ਼ ਅਤੇ ਕੌਮ ਵਿੱਚ ਨਵੀਂ ਜਾਨ ਪਾ ਦਿੱਤੀ ਇਨ੍ਹਾਂ ਸਭ ਫੌਜੀਆ ਨੂੰ ਉਸ ਸਮੇਂ ਦਾ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਦੇ ਕੇ ਸ਼ਰਧਾਂਜਲੀ ਦਿੱਤੀ ਗਈ ਇਸ ਲੜਾਈ ਨੂੰ ਸੰਸਾਰ ਵਿੱਚ ਹੋਈਆਂ ਅੱਠ ਮਹਾਨ ਲੜਾਈਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਾਰਿਆਂ ਨੇ ਖੜੇ ਹੋ ਕੇ ਇਨਾਂ ਸਹੀ ਦਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ ਬੱਚਿਓ ਇਹ ਪਾਠ ਸਾਡਾ ਪੂਰਾ ਹੋ ਚੁੱਕਿਆ ਹੈ ਇਸ ਤੋਂ ਅਗਲੇ ਪਾਠਾਂ ਦੇ ਪ੍ਰਸ਼ਨ ਉੱਤਰ ਅਤੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ 5ਵੀਂ ਜਮਾਤ ਦੀ ਪੰਜਾਬੀ ਪੁਸਤਕ ਦੇ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਚੈਪਟਰ ਵਾਈਜ਼ ਕਰ ਸਕਦੇ ਹੋ ਅਤੇ ਪੰਜਾਬੀ ਦੇ ਹੋਰ ਪਾਠ ਵੀ ਹੋਰ ਸਬਜੈਕਟ ਵੀ ਕਰਾਏ ਜਾਣਗੇ 5ਵੀਂ ਜਮਾਤ ਦੇ ਹੋਰ ਸਬਜੈਕਟ ਵੀ ਕਰਾਏ ਜਾਣਗੇ ਉਹ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜੋ ਜਦੋਂ ਅਸੀਂ ਨਵੀਆਂ ਵੀਡੀਓ ਪਾਈਏ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਧੰਨਵਾਦ